ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਵਿਨੀਤ ਕਪੂਰ। ਸਿੱਧੀਆਂ ਤਸਵੀਰਾਂ ਵਿਖਾ ਦਿੰਦੇ ਹਾਂ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ, ਅਸੀਂ ਕੁਛ ਕਿਲੋਮੀਟਰ ਅੱਗੇ ਆ ਚੁੱਕੇ ਹਾਂ ਔਰ ਜਿਸ ਢੰਗ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦਾ ਇਕੱਠ ਜਿਹੜਾ ਦਿੱਲੀ ਵੱਲ ਨੂੰ ਅੱਗੇ ਵੱਧਦਾ ਹੋਇਆ ਨਜ਼ਰ ਆ ਰਿਹਾ। ਹਾਲਾਂਕਿ ਕੱਲ੍ਹ ਕਈ ਘੰਟਿਆਂ ਤੱਕ ਕਿਸਾਨ ਆਗੂ ਜਿਹੜੇ ਨੇ ਸੈਂਟਰ ਦੇ ਮਨਿਸਟਰਾਂ ਦੇ ਨਾਲ ਗੱਲਬਾਤ ਕਰਦੇ ਰਹੇ ਕਿ ਮਸਲੇ ਦਾ ਗੱਲਬਾਤ ਰਾਹੀਂ ਹੱਲ ਨਿਕਲੇ, ਲੇਕਿਨ ਜਦੋਂ MSP ਕਾਨੂੰਨ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਬਣੀ, ਕਿਸਾਨ ਕਰਜ਼ ਮਾਫੀ ਦੇ ਮਸਲੇ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਬਣੀ, ਸਵਾਮੀਨਾਥਨ ਆਯੋਗ ਦੀਆਂ ਜਿਹੜੀਆਂ ਰਿਪੋਰਟਾਂ ਉਸਨੂੰ ਇਨ ਭਿੰਨ ਲਾਗੂ ਕਰਨ ਦੇ ਮਸਲੇ 'ਤੇ ਕੋਈ ਸਹਿਮਤੀ ਨਹੀਂ ਬਣੀ, ਤੇ ਫਿਰ ਕੱਲ ਹੀ ਐਲਾਨ ਹੋ ਗਿਆ ਸੀ ਕਿ ਕਿਸਾਨ ਸਵੇਰੇ 10 ਵਜੇ ਦਿੱਲੀ ਵੱਲ ਨੂੰ ਕੂਚ ਕਰਦੇ ਹੋਏ ਨਜ਼ਰ ਆਣਗੇ। ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ, ਆ ਸਿੱਧੀਆਂ ਤਸਵੀਰਾਂ ਨੇ, ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਇੱਥੇ ਇਕੱਠੇ ਹੋਏ। ਇੱਥੇ ਸਰਵਣ ਸਿੰਘ ਪੰਧੇਰ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਨਜ਼ਰ ਆਏ ਕਿ ਹੁਣ ਉਹ ਦਿੱਲੀ ਵੱਲ ਨੂੰ ਕੂਚ ਕਰਨਗੇ। ਉਹ ਕਹਿੰਦੇ ਕਿਸਾਨਾਂ ਦੀ ਤਰਫੋਂ ਕਿਸੇ ਵੀ ਤਰ੍ਹਾਂ ਦੇ ਟਕਰਾਵ ਦੀ ਕੋਈ ਗੁੰਜਾਇਸ਼ ਨਹੀਂ ਹੈ। ਹਾਂ, ਸਰਕਾਰਾਂ ਜਿਹੜੀ ਇੰਤਜ਼ਾਮਾਂ ਕਰ ਰਹੀਆਂ ਨੇ, ਸਰਕਾਰਾਂ ਜੇ ਟਕਰਾਵ ਕਰਨਾ ਚਾਹੁੰਦੀਆਂ ਨੇ ਤੇ ਉਸ ਲਈ ਕਹਿੰਦੇ ਕਿਸਾਨ ਵੀ ਪੂਰੀ ਤਿਆਰੀ ਖਿੱਚ ਕੇ ਆਏ ਨੇ। 6-6 ਮਹੀਨੇ ਦਾ ਰਾਸ਼ਨ ਜਿਹੜਾ ਟਰੈਕਟਰ ਟਰਾਲੀਆਂ ਦੇ ਵਿੱਚ ਭਰਿਆ ਹੋਇਆ ਔਰ ਆਹ ਰਾਸ਼ਨ ਲੈ ਕੇ ਦਿੱਲੀ ਵੱਲ ਨੂੰ ਕਿਸਾਨ ਵੱਧਦੇ ਨਜ਼ਰ ਆ ਰਹੇ ਨੇ। ਕੀ ਕਹਿਣਾ ਚਾਹੋਗੇ ਜੀ ਇੱਕ ਵਾਰ ਫਿਰ ਤੋਂ ਦਿੱਲੀ ਦੇ ਵਿੱਚ? ਨੂੰ ਤਿਆਰ ਆ ਸਰਕਾਰ ਨਾਲ, ਜੇ ਸਰਕਾਰ ਸਹੀ ਸਲਾਮਤ ਰਹੀ ਠੀਕ ਆ, ਨਹੀਂ ਤਾਂ ਕੋਈ ਪਰਵਾਹ ਹੀ ਨਹੀਂ ਗੀ ਗੱਲ ਕਿਹੜੀ, ਠੀਕ ਆ ਨਾ। ਤਨ ਮਨ ਦੇ ਨਾਲ ਤਲੀ ਤੇ ਰੱਖ ਕੇ ਚੱਲੇ, ਕੋਈ ਏਡੀ ਗੱਲ ਨਹੀਂ। ਰਾਸ਼ਨ ਰੂਸ਼ਨ ਨਾਲ ਲੈ ਕੇ ਸਭ ਕੁਝ ਕਿਸੇ ਗੱਲ ਦੀ, ਸਾਰੇ ਇੰਡੀਆ ਨੂੰ ਉਹ ਸਿਖਾ ਸਕਦੇ ਕੋਲਾ ਟੇਨਾ ਦੱਸ ਰਹੇ ਆ, ਸਾਰੇ ਸ਼ਕੀਏ ਤੁਹਾਨੂੰ ਕੋਈ ਪਰਵਾਹ ਨਹੀਂ ਕਿ ਬਿਲਕੁਲ ਰਾਸ਼ਨ ਦੀ ਕੋਈ ਨਹੀਂ, ਉਹ ਉੱਪਰ ਵਾਲਾ ਆਪਣੇ ਆਪੇ ਜੀ ਦੱਸਦੇ। ਯਾਨੀ ਦਿੱਲੀ ਦੇ ਵਿੱਚ ਫਿਰ ਤੋਂ ਪੰਜਾਬ ਵਸਦਾ ਨਜ਼ਰ ਆ ਰਿਹਾ। ਦਿੱਲੀ ਨੂੰ ਇਹ ਰੋਟੀ ਖਵਾ ਸਕਦੇ, ਸਾਡੇ ਸ਼ਕੀਆਂ ਗੱਪੇ ਕੋਈ ਪਰਵਾਹ ਨਹੀਂ ਕਿ, ਠੀਕ ਹੈ ਨਾ। ਬਿਲਕੁਲ, ਗੱਪੇ ਛੱਕੀ ਜਾਣ ਕੋਈ ਪਰਵਾਹ ਨਹੀਂ, ਔਰ ਪੰਜਾਬੀ ਜਿੱਥੇ ਵੀ ਜਾਂਦੇ ਨੇ ਲੰਗਰ ਲਾ ਦਿੰਦੇ ਨੇ ਔਰ ਉਸ ਲੰਗਰਾਂ ਦੇ ਵਿੱਚ ਲੋਕਾਂ ਦੀ ਪੂਰੀ ਸੇਵਾ ਪੰਜਾਬੀ ਕਰਦੇ ਨਜ਼ਰ ਆਉਂਦੇ ਨੇ। ਪਿਛਲੀ ਵਾਰ ਦੇ ਅੰਦੋਲਨ ਦੇ ਵਿੱਚ ਵੀ ਆਹੀ ਤਸਵੀਰ ਵੇਖਣ ਨੂੰ ਮਿਲੀ ਸੀ ਔਰ ਕਿਤੇ ਨਾ ਕਿਤੇ ਇਸ ਵਾਰ ਦਾ ਅੰਦੋਲਨ ਵੀ ਆਹੀ ਤਸਵੀਰ ਵਿਖਾਉਂਦਾ ਹੋਇਆ ਨਜ਼ਰ ਆਊਗਾ। ਤੁਸੀਂ ਵੇਖ ਸਕਦੇ ਹੋ ਜਿੱਥੋਂ ਤੱਕ ਨਜ਼ਰ ਜਾ ਰਹੀ ਆ ਉੱਥੇ ਟਰੈਕਟਰ ਟਰਾਲੀਆਂ ਜਿਹੜੀਆਂ ਨੇ ਖੜੀਆਂ ਨੇ ਔਰ ਇੱਥੋਂ ਕਹਿ ਦਿੱਤਾ ਗਿਆ ਕਿ ਟਰੈਕਟਰ ਟਰਾਲੀਆਂ ਜਿਹੜੀਆਂ ਨੇ ਅੱਗੇ ਨੂੰ ਕੂਚ ਕਰਦੀਆਂ ਹੋਈਆਂ ਨਜ਼ਰ ਆਉਣੀਆਂ ਨਹੀਂ। ਇੱਥੋਂ ਹੁਣ ਟਰੈਕਟਰ ਟਰਾਲੀਆਂ ਦੇ ਚਾਲੇ ਜਿਹੜੇ ਪੈਂਦੇ ਨਜ਼ਰ ਆ ਰਹੇ ਨੇ, ਟਰੈਕਟਰ ਟਰਾਲੀਆਂ ਜਿਹੜੀਆਂ ਨੇ ਅੱਗੇ ਕੂਚ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਤੁਹਾਨੂੰ ਵਿਖਾ ਰਹੇ ਹਾਂ ਤਸਵੀਰਾਂ ਕਿ ਇੱਥੋਂ ਤਕਰੀਬਨ 200 ਤੋਂ ਵੱਧ ਟਰੈਕਟਰ ਟਰਾਲੀਆਂ ਜਿਹੜੀਆਂ ਨੇ ਇਸ ਇਕੱਠ ਦੇ ਵਿੱਚ ਮੌਜੂਦ ਹੈ। ਇਸ ਤੋਂ ਇਲਾਵਾ ਅਗਰ ਅੱਗੇ ਦੇ ਇਕੱਠ ਦੀ ਗੱਲ ਕਰੀਏ, ਤਕਰੀਬਨ 50 ਤੋਂ 100 ਟਰੈਕਟਰ ਟਰਾਲੀਆਂ ਜਿਹੜੀਆਂ ਨੇ ਅੱਗੇ ਵੀ ਮੌਜੂਦ ਹੈ। ਯਾਨੀ ਇੱਕ ਵੱਡਾ ਇਕੱਠ ਜਿਹੜਾ ਹੈ ਉਹ ਸਿੱਧੇ ਤੌਰ 'ਤੇ ਦਿੱਲੀ ਵੱਲ ਨੂੰ ਵੱਧਦਾ ਹੋਇਆ ਨਜ਼ਰ ਆ ਰਿਹਾ। ਤੁਸੀਂ ਵੇਖ ਸਕਦੇ ਹੋ ਆ ਟਰੈਕਟਰ ਜਿਹੜੇ ਨੇ ਸਟਾਰਟ ਹੋ ਚੁੱਕੇ ਨੇ, ਟਰੈਕਟਰ ਟਰਾਲੀਆਂ ਜਿਹੜੀਆਂ ਨੇ ਉਹ ਹੁਣ ਦਿੱਲੀ ਵੱਲ ਨੂੰ ਅੱਗੇ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ, ਕਿਉਂਕਿ ਬੈਠਕਾਂ ਰਾਹੀਂ ਜ਼ਰੂਰ ਸਹਿਮਤੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਲੇਕਿਨ ਜਦੋਂ ਸਹਿਮਤੀ ਨਹੀਂ ਹੋਈ ਤੇ ਫਿਰ ਦਿੱਲੀ ਵੱਲ ਨੂੰ ਚਾਲੇ ਪਾ ਲਿੱਤੇ ਗਏ ਔਰ ਆਹੀ ਤਸਵੀਰ ਵਿਖਾ ਰਹੇ ਹਾਂ ਤੁਹਾਨੂੰ। ਤੁਸੀਂ ਵੇਖ ਸਕਦੇ ਹੋ ਕਿ ਕਿਸ ਢੰਗ ਦੇ ਨਾਲ ਕਿਸਾਨ ਜਿਹੜੇ ਨੇ ਹੁਣ ਰਾਸ਼ਨ ਲੈ ਕੇ, ਰੋਟੀਆਂ ਬਣਾਉਣ ਦਾ ਹੋਰ ਸਮਾਨ ਲੈ ਕੇ, ਬਿਸਤਰੇ ਲੈ ਕੇ, ਪੂਰੀਆਂ ਟਰਾਲੀਆਂ ਭਰ ਕੇ ਤਕਰੀਬਨ 6-6 ਮਹੀਨੇ ਦਾ ਰਾਸ਼ਨ ਪਾ ਕੇ ਦਿੱਲੀ ਵੱਲ ਨੂੰ ਚੱਲੇ ਨੇ ਤਾਂ ਕਿ ਇਹਨਾਂ ਨੂੰ MSP ਦਾ ਕਾਨੂੰਨ ਮਿਲ ਸਕੇ, ਤਾਂ ਕਿ ਕਿਸਾਨਾਂ ਨੂੰ ਸਿੱਧੇ ਤੌਰ 'ਤੇ ਜਿਹੜਾ ਕਹਿ ਸਕਦੇ ਹਾਂ ਕਰਜ਼ ਮਾਫੀ ਦਾ ਵਾਅਦਾ ਹੋਇਆ ਸੀ ਉਹ ਕਰਜ਼ ਮਾਫੀ ਕਿਸਾਨਾਂ ਦੀ ਹੋ ਸਕੇ। MSP ਕਮੇਟੀ, MSP ਨੂੰ ਲੈ ਕੇ ਕਮੇਟੀਆਂ ਦੀ ਵੀ ਗੱਲ ਹੋਈ, ਲੇਕਿਨ ਕਿਸਾਨ ਸਿੱਧੇ ਕਹਿੰਦੇ ਨਜ਼ਰ ਆਏ ਕਿ ਕਾਨੂੰਨ ਬਣਾਇਆ ਜਾਏ, ਕਮੇਟੀਆਂ ਦੇ ਵਿੱਚ ਕੁਛ ਨਹੀਂ ਰੱਖਿਆ, ਨਾ ਹੀ ਕਮੇਟੀਆਂ ਮਸਲੇ ਦਾ ਹੱਲ ਕਰਦੀਆਂ ਨੇ। ਪਹਿਲਾਂ ਵੀ ਕਮੇਟੀਆਂ ਬਣੀਆਂ ਲੇਕਿਨ ਮਸਲੇ ਦਾ ਹੱਲ ਨਹੀਂ ਹੋਇਆ, ਤੇ ਹੁਣ 3 ਵੱਡੀਆਂ ਮੰਗਾਂ ਨੇ ਸਵਾਮੀਨਾਥਨ ਆਯੋਗ ਦੀਆਂ, ਰਿਪੋਰਟਾਂ ਲਾਗੂ ਹੋਣ, MSP ਕਾਨੂੰਨ ਬਣੇ ਔਰ ਕਿਸਾਨ ਕਰਜ਼ ਮਾਫੀ ਹੋਏ। ਆ 3 ਵੱਡੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਿਹੜੇ ਨੇ ਦਿੱਲੀ ਵੱਲ ਨੂੰ ਚੱਲਦੇ ਹੋਏ ਨਜ਼ਰ ਆਉਣੇ ਨੇ। ਯਾਨੀ ਅੰਦੋਲਨ ਦਾ ਇੱਥੋਂ ਆਗਾਜ਼ ਹੋ ਗਿਆ,
ਟਕਰਾਵ ਦੀ ਹਾਲਾਂਕਿ ਜ਼ਰੂਰ ਸਿਚੁਏਸ਼ਨ ਬਣੀ ਹੋਈ ਹੈ। ਤੁਹਾਨੂੰ ਬੋਰਡਰ ਦੀ ਵੀ ਸਿੱਧੀਆਂ ਤਸਵੀਰਾਂ ਵਿਖਾਵਾਂਗੇ ਕਿ ਆਖਿਰ ਬੋਰਡਰ ਦੀ ਤਸਵੀਰਾਂ ਕੀ ਕੁਛ ਕਹਿੰਦੀਆਂ ਨਜ਼ਰ ਆਉਂਦੀਆਂ ਨੇ। ਲੇਕਿਨ ਇੱਥੇ ਤੁਸੀਂ ਵੇਖ ਸਕਦੇ ਹੋ ਹੱਥਾਂ ਦੇ ਵਿੱਚ ਕਿਸਾਨੀ ਝੰਡੇ ਚੱਕੇ ਹੋਏ ਨੇ ਕਿਸਾਨਾਂ ਨੇ, ਔਰ ਆ ਕਿਸਾਨ ਜਿਹੜੇ ਨੇ ਸਿੱਧੇ ਦਿੱਲੀ ਵੱਲ ਨੂੰ ਰਵਾਨਾ ਹੁੰਦੇ ਨਜ਼ਰ ਆ ਰਹੇ ਨੇ। ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਆ ਕਿਸਾਨ ਜਿਹੜੇ ਨੇ ਅੱਗੇ ਵੱਧਦੇ ਹੋਏ ਹੁਣ ਦਿੱਲੀ ਵੱਲ ਨੂੰ ਅੱਗੇ ਜਾ ਰਹੇ ਨੇ। ਹਾਲਾਂਕਿ ਹਰਿਆਣਾ ਦੇ ਵਿੱਚ ਸਰਕਾਰਾਂ ਦੀ ਤਰਫੋਂ ਜ਼ਰੂਰ ਬੈਰੀਗੇਟਿੰਗ ਕੀਤੀ ਹੋਈ ਹੈ, ਹਰਿਆਣਾ ਦੇ ਵਿੱਚ ਵੱਡੀ ਫੋਰਸ ਤੈਨਾਤ ਕੀਤੀ ਹੋਈ ਹੈ, ਲੇਕਿਨ ਹੌਸਲੇ ਜਿਹੜੇ ਨੇ ਇਹਨਾਂ ਦੇ ਬੁਲੰਦ ਨੇ। ਵੇਖਣ ਵਾਲੀ ਗੱਲ ਰਹੇਗੀ ਕਿ ਸ਼ੰਭੂ ਬੈਰੀਅਰ 'ਤੇ ਜਦੋਂ ਇਹ ਟਰੈਕਟਰ ਟਰਾਲੀਆਂ ਦਾ ਇਕੱਠ ਪਹੁੰਚਦਾ ਤਾਂ ਉੱਥੇ ਕਿਸ ਢੰਗ ਦੀਆਂ ਤਸਵੀਰਾਂ ਵੇਖਣ ਨੂੰ ਮਿਲਣਗੀਆਂ। ਕੈਮਰਾ ਪਰਸਨ ਅਨਿਲ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ ਟੀਵੀ।